ਸਤਿ ਸ਼੍ਰੀ ਅਕਾਲ ਜੀ ਰਾਈ ਰਿਐਕਸ਼ਨ ਐਂਡ ਬੁਟੀਕ ਰਾਜਪਾਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਹਾਂ ਪਾਰਟੀ ਵੀਅਰ ਡਰੈਸਿਸ ਤੁਹਾਡੇ ਘਰ ਦੇ ਵਿੱਚ ਫੰਕਸ਼ਨ ਨੇ ਜਾਂ ਫਿਰ ਕੋਈ ਮੇਨ ਫੰਕਸ਼ਨ ਹੈ ਜੀ ਸਭ ਦੇ ਵਾਸਤੇ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਹੈਵੀ ਵਰਕ ਦੇ ਉੱਪਰ ਨਹੀਂ ਅਤੇ ਪ੍ਰਾਈਸ ਵੀ ਹੈਵੀ ਲੱਗਣਗੇ ਅੱਜ ਦੇ ਵੀਡੀਓ 'ਤੇ ਕਿਉਂਕਿ ਪ੍ਰਾਈਸ ਇਹਨਾਂ ਦੇ ਸਟੱਫ ਦੇ ਅਕੋਰਡਿੰਗ ਅਤੇ ਇਹਨਾਂ ਦੇ ਵਰਕ ਦੇ ਅਕੋਰਡਿੰਗ ਹੋਣਗੇ ਜੀ ਅਤੇ ਨੰਬਰ ਹੈਗਾ ਬੁਕਿੰਗ ਲਈ 8283-8283-81 ਨੰਬਰ ਇਸ 'ਤੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਪਿੱਕ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆਇਆ ਇਹਦੇ ਵਿੱਚ ਅਸੀਂ ਇਸ ਤੁਹਾਨੂੰ ਲਹਿੰਗਾ ਗਰਾਰਾ ਸ਼ਰਾਰਾ ਸੂਟ ਅਤੇ ਵਨ ਪੀਸ ਦਿਖਾਵਾਂਗੇ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਜੀ ਧਿਆਨ ਨਾਲ ਦੇਖ ਲਿਓ ਰੇਟ ਸਭ ਦੇ ਨਾਲ ਦੀ ਨਾਲ ਦੱਸਾਂਗੇ ਪ੍ਰਾਈਸ ਸਭ ਦੇ ਹਾਈ ਹੋਣਗੇ ਅੱਜ ਦੀ ਵੀਡੀਓ ਦੇ ਉਹ ਪਹਿਲਾਂ ਦੱਸ ਦਵਾਂ ਕਿਉਂਕਿ ਸੂਟ ਹੀ ਬਹੁਤ ਸੋਹਣੇ ਨੇ ਜੀ ਇਹ ਮੈਂ ਫਸਟ ਲੈ ਕੇ ਆਈ ਹਾਂ ਇਹ ਹੈਗਾ ਨੀਚੇ ਤੋਂ ਘੱਗਰੇ ਸਟਾਈਲ ਦੇ ਵਿੱਚ ਹੈਗਾ ਜੀ ਇਹਦੇ ਨਾਲ ਗਰਾਰਾ ਇਹ ਹੈਗੀ ਕੁੜਤੀ ਠੀਕ ਹੈ ਇਹਦਾ ਹੈਗਾ ਜੀ 31 ਇੰਚ ਲੈਂਥ ਆ ਕਿਉਂਕਿ ਇਹ ਮੈਂ ਤੁਹਾਨੂੰ ਮੇਜ਼ਰ ਕਰਕੇ ਦਊਂਗੀ ਮਹਿੰਗੀਆਂ ਡਰੈਸਿਸ ਨੇ ਫਿਰ ਤੁਹਾਡੇ ਵੀ ਕੰਮ ਨਾ ਵੀ ਅਗਰ ਤੁਸੀਂ ਇੱਦਾਂ ਹੀ ਬਿਨਾਂ ਮੇਜ਼ਰਮੈਂਟ ਤੋਂ ਲੈ ਲਓ ਇਹਦੀ ਹੈਗੀ ਜੀ 19-20 ਇੰਚ ਤੱਕ ਇਹਦੇ ਹਿੱਪ ਹੋ ਸਕਦੀ ਹੈ ਇਹਦੇ ਵਿੱਚ ਮਾਰਜਨ ਕਾਫੀ ਹੈਗਾ ਹੈ ਠੀਕ ਹੈ ਕਮਰ ਹੈਗੀ ਹੈ ਜਿਹਦੀ 16 ਅਤੇ ਤੁਸੀਂ ਇਹਨੂੰ 17 ਇੰਚ ਤੱਕ ਕਰ ਸਕਦੇ ਹੋ ਇਹ ਉੱਪਰੋਂ ਵੀ ਹੈਗਾ ਇਹ 18-19 ਅਤੇ ਤੁਸੀਂ ਇਹਨੂੰ ਮਤਲਬ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਦੀ ਹਾਂ ਇਹ ਮਾਰਜਨ ਹੈਗਾ ਹੈ 1-1.5 ਇੰਚ ਦਾ ਤੁਸੀਂ ਇਹਦੇ ਵਿੱਚੋਂ ਕਢਵਾ ਸਕਦੇ ਹੋ ਬਹੁਤ ਪਿਆਰਾ ਪੀਸ ਬਣਿਆ ਹੋਇਆ ਹੈ ਇਹ ਜਿਹੜੇ ਕਾਫੀ ਜ਼ਿਆਦਾ ਸਲਿਮ ਨੇ ਜਿਨ੍ਹਾਂ ਦੇ ਮਤਲਬ ਕਿ ਐੱਲ ਜਾਂ ਐਕਸ ਸੋਰੀ ਸਮਾਲ ਜਾਂ ਐੱਲ ਸਾਈਜ਼ ਆਉਂਦਾ ਉਹਨਾਂ ਦੇ ਆਏਗੀ ਇਹ ਵਾਰ ਠੀਕ ਹੈ ਜੀ ਇਹ ਹੈਗੀ ਹੈ ਬੈਕ ਸਾਈਡ ਡਰੈਸ ਦੇਖ ਕੇ ਤਾਂ ਰੂਹ ਖੁਸ਼ ਹੁੰਦੀ ਆ ਪਰ ਇਹਨੂੰ ਮੇਰੇ ਵਰਗੇ ਨਹੀਂ ਪਾ ਸਕਦੇ ਇਸ ਗੱਲ ਦਾ ਅਫਸੋਸ ਹੈ ਮੈਂ ਆਪਣੇ ਠੀਕ ਹੈ ਜੀ ਮੈਨੂੰ ਖੁਦ ਤਿਆਰ ਕਰਨੀ ਪੈਣੀ ਇਹਦੇ ਨਾਲ ਦੀ ਖੋਰ ਆਪਣੇ ਸਾਈਜ਼ ਦੀ ਇਹ ਦੇਖੋ ਨੈਕਸਟ ਇਹਦੇ ਨਾਲ ਹੈਗਾ ਜੀ ਨੀਚੇ ਤੋਂ ਫੁੱਲ ਲਹਿੰਗੇ ਸਟਾਈਲ 'ਚ ਆਏਗਾ ਬਹੁਤ ਜ਼ਿਆਦਾ ਫਲੇਅਰ ਆ ਪਰ ਇਹ ਉਰੇਬ ਦੇ ਵਿੱਚ ਸਾਰੇ ਹੀ ਇਹਦਾ ਗਰਾਰਾ ਹੈ ਜਿਹੜਾ ਠੀਕ ਹੈ ਦੋ ਪਾਰਟ ਨੇ ਇਹਦੇ ਇਹਦਾ ਲੈਗਸ ਵਾਲੇ ਦੋ ਅਲੱਗ ਅਲੱਗ ਨੇ ਅਤੇ ਤੁਸੀਂ ਇਹਦਾ ਨੀਚੇ ਫਲੇਅਰ ਦੇਖ ਸਕਦੇ ਹੋ ਪਾਉਣ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਉਣ ਵਾਲੀ ਆ ਡਰੈਸ 'ਤੇ ਫੁੱਲ ਹੈਵੀ ਹੈ ਜਿਨ੍ਹਾਂ ਨੇ ਕੋਈ ਮਤਲਬ ਕਲਰ ਇੱਦਾਂ ਦਾ ਕੋਈ ਦੇਖ ਰਹੇ ਹੈ ਤਾਂ ਤੁਸੀਂ ਇਹਨਾਂ ਨੂੰ ਐਜ ਏ ਬ੍ਰਾਈਡਲ ਵੀ ਯੂਜ਼ ਕਰ ਸਕਦੇ ਹੋ ਨਾਲ ਡਾਰਕ ਕਲਰ ਦਾ ਸ਼ਾਲ ਵਗੈਰਾ ਲੈ ਕੇ ਬਹੁਤ ਪਿਆਰੀ ਮਤਲਬ ਕਿ ਇਹਦੀ ਡਰੈਸ ਦੀ ਲੁੱਕ ਬਹੁਤ ਸੋਹਣੀ ਆਉਣ ਵਾਲੀ ਹੈ ਪਾਉਣ ਤੋਂ ਬਾਅਦ ਨਾਲ ਦੇ ਰਹੀ ਹਾਂ ਜੀ ਹੈਵੀ ਦੁਪੱਟਾ ਸਟੱਫ ਸਾਰੇ ਪਿਓਰ ਦਾ ਲੱਗਿਆ ਹੋਇਆ ਨਾ ਇਹ ਹੈਗਾ ਇਹਦਾ ਹੈਵੀ ਜਿਹਾ ਦੁਪੱਟਾ ਫੋਰ ਸਾਈਡ ਹੈਵੀ ਬਾਰਡਰ ਦੇ ਨਾਲ ਅਤੇ ਬੈਕ ਸਾਈਡ ਦੀ ਫਿਨਿਸ਼ਿੰਗ ਦੇਖ ਲਓ ਫੁੱਲ ਬਾਰਡਰ ਪੇਸਟ ਕੀਤਾ ਹੋਇਆ ਜੀ ਸਾਈਡ 'ਤੇ ਟਸਲਸ ਲੱਗ ਕੇ ਬਹੁਤ ਸੋਹਣੀ ਡਰੈਸ ਬਣੀ ਹੋਈ ਹੈ ਪ੍ਰਾਈਸ ਰਹੂਗਾ ਜੀ ਇਹਦਾ 25,000 25,000 ਦੀ ਡਰੈਸ ਹੈ ਜੀ ਠੀਕ ਹੈ ਜੇ ਤੁਹਾਨੂੰ ਇਹ ਪਸੰਦ ਆ ਤਾਂ ਤੁਸੀਂ ਮੇਰੇ ਨੰਬਰ 'ਤੇ ਪਿਕ ਸੈਂਡ ਕਰ ਸਕਦੇ ਹੋ ਨੈਕਸਟ ਦੇ ਰਹੀ ਇੱਕ ਹੋਰ ਬਹੁਤ ਯੂਨੀਕ ਜੀ ਚੀਜ਼ ਇਹ ਹੈਗਾ ਜੀ ਸ਼ੇਰਵਾਨੀ ਸਟਾਈਲ ਦੇ ਵਿੱਚ ਡਰੈਸ ਸ਼ੇਰਵਾਨੀ ਸਟਾਈਲ ਇਹਦਾ ਜਿਵੇਂ ਆਪਾਂ ਅਚਕਨ ਸਟਾਈਲ ਵੀ ਬੋਲ ਦਿੰਦੇ ਹਾਂ ਬਹੁਤ ਜ਼ਿਆਦਾ ਡਿਫਰੈਂਟ ਲੁੱਕ ਦੀ ਡਰੈਸ ਆ ਇਹਨਾਂ ਵੀ ਤੁਹਾਨੂੰ ਮੈਂ ਸਾਈਜ਼ ਮੇਜ਼ਰ ਕਰਕੇ ਦਊਂਗੀ ਕਿਉਂਕਿ ਮਹਿੰਗੀਆਂ ਨੇ ਜੀ ਸਾਰੀਆਂ ਡਰੈਸਿਸ ਇਹਦੇ ਵਿੱਚ ਬਹੁਤ ਸਾਰਾ ਮਾਰਜਨ ਹੈਗਾ ਮਤਲਬ ਤੁਸੀਂ 3-4 ਇੰਚ ਤੱਕ ਈਜ਼ੀਲੀ ਖੋਲ ਸਕਦੇ ਹੋ ਦੋਨੋਂ ਸਾਈਡ ਤੋਂ 2-2 ਇੰਚ ਖੁੱਲ ਜਾਏਗੀ ਇਹਦੇ ਠੀਕ ਹੈ ਜਿਹੜਾ ਵੈਸੇ ਤਿਆਰ ਨਾ ਪਈ ਇਸ ਟਾਈਮ ਇਹਦਾ ਉਹੀ XL ਸੋਰੀ L ਜਾਂ ਸਮਾਲ ਸਾਈਜ਼ ਦੇ ਵਿੱਚ ਆਏਗੇ 19.5 ਹੈ 20 ਹੈ ਅਤੇ 16 ਇੰਚ ਕਵਰ ਹੈ ਜੀ ਹਿੱਪ ਕੋਲੋਂ ਆ ਜਾਏਗੀ ਇਹ 20 ਲੈਂਥ ਇਹਨਾਂ ਦੀ ਕੋਈ ਮੈਟਰ ਨਹੀਂ ਕਰਦੀ ਹੈਗੀ ਇਹ ਤੁਸੀਂ ਲੌਂਗ ਸ਼ਾਰਟ ਪਾ ਸਕਦੇ ਹੋ ਵੈਸੇ ਲੈਂਥ ਵੀ ਤੁਹਾਨੂੰ ਮੇਜ਼ਰ ਕਰੀ ਜਾਂਦੀ ਹੈ ਲੈਂਥ ਹੈਗੀ ਜੀ 45 ਇਹ ਮੀਡੀਅਮ ਸਾਈਜ਼ ਹੈ ਜੀ ਠੀਕ ਹੈ ਬਹੁਤ ਪਿਆਰੀ ਡਰੈਸ ਬਣੀ ਹੋਈ ਹੈ ਇਹ ਹੈਗੀ ਜੀ ਬੈਕ ਸਾਈਡ ਫੁੱਲ ਸ਼ੇਰਵਾਨੀ ਸਟਾਈਲ ਹੈਵੀ ਦੇ ਵਿੱਚ ਰਹੂਗੀ ਸਾਰੀ ਡਰੈਸ
ਟੋਟਲੀ ਪਰਸ ਦਾ ਕੰਮ ਹੋਇਆ ਹੋਇਆ ਹੈਵੀ ਕੰਮ ਹੋਇਆ ਹੋਇਆ ਹਰ ਇੱਕ ਪਰਸ ਲੱਗਿਆ ਮੇਰੇ ਬੜਾ ਛੋਟਾ ਬਾਜੂ ਦਾ ਵਰਕ ਫੁੱਲ ਹੈਵੀ ਵਰਕ ਸਟਾਈਲ ਬਹੁਤ ਸੋਹਣਾ ਹੈ ਬਾਬਾ ਨਾਲ ਹੈਗੀ ਹੈ ਜਿਹੜੀ ਪੈਂਟ ਇਹ ਪੈਂਟ ਥੋੜ੍ਹੀ ਲੌਂਗ ਹੁੰਦੀ ਹੈ ਕਿਉਂਕਿ ਇਹ ਫਿਰ ਉਹਦੇ ਤੱਕ ਇਹਦੇ ਬੁੱਕਸ ਲੱਗੀਆਂ ਹੋਈਆਂ ਨੀਚੇ ਓਪਨ ਰਹੇਗੀ ਸਾਰੀ ਇਹ ਟਮੀ ਲੈਸ ਨਾ ਹੋਵੇ ਤਾਂ ਕਰਕੇ ਪੈਂਟ ਥੋੜ੍ਹੀ ਜਿਹੀ ਲੌਂਗ ਹੋਏਗੀ ਨਾਲ ਹੈਗੇ ਦੇ ਸਿੰਪਲ ਔਰਗੈਂਜ਼ਾ ਦਾ ਫੋਰ ਸਾਈਡਡ ਪਰਲਸ ਦੇ ਨਾਲ ਦੁਪੱਟਾ ਬਣਿਆ ਹੋਇਆ ਪ੍ਰਾਈਸ ਹੈਗਾ ਜੀ ਇਹਦਾ 23,000 23,000 ਪ੍ਰਾਈਸ ਹੈ ਜੀ ਇਹਦੇ ਵਿੱਚ ਤੁਹਾਨੂੰ ਦਿੰਦੇ ਹਾਂ ਅਸੀਂ ਨੈਕਸਟ ਕਲਰ ਦੋ ਕਲਰ ਨੇ ਇਹਦੇ ਵਿੱਚ ਦੋਨੋਂ ਹੀ ਕਲਰ ਹੈ ਇੱਕ ਦੋ ਇੱਕ ਨਹੀਂ ਇਹ ਜਿਹਨਾਂ ਦਾ ਮੀਡੀਅਮ ਸਾਈਜ਼ ਆ ਉਹਨਾਂ ਦੇ ਆਏਗੀ ਇਹ ਡਰੈਸ ਇੱਥੇ ਤੱਕ ਇਹ ਕਵਰ ਆ ਅਤੇ ਨੀਚੇ ਸਾਰੀ ਲੂਜ਼ ਆ ਨੀਚੇ ਆ ਜਾਏਗੀ ਜੀ ਪੈਂਟ ਆਪਣੇ ਪੈਂਟ ਥੋੜ੍ਹੀ ਜਿਹੀ ਲੌਂਗ ਦੇ ਵਿੱਚ ਹੁੰਦੀ ਹੈ ਜੀ ਤੁਹਾਨੂੰ ਉੱਪਰ ਵੰਡਣੀ ਪੈਂਦੀ ਹੈ ਨੋਰਮਲ ਨਾਲ ਪ੍ਰਾਈਸ ਹੈਗਾ ਜੀ 23,000 ਨੈਕਸਟ ਹੈਗਾ ਇਹ ਚੋਲੀ ਸ਼ਾਰਟ ਕੁੜਤੀ ਇਹ ਪਿਓਰ ਕਰੇਪ 'ਤੇ ਬਣੀ ਹੋਈ ਡਰੈਸ ਆ ਟੋਟਲੀ ਕਟਦਾਨਾ ਅਤੇ ਪਰਲਸ ਦੇ ਕੰਮ ਦੇ ਨਾਲ ਸੋਰੀ ਸੀਕੁਐਂਸ ਦੇ ਕੰਮ ਦੇ ਨਾਲ ਇਹ ਸਾਰਾ ਸੀਕੁਐਂਸ ਮੜਿਆ ਹੋਇਆ ਇਹਦੇ ਵਿੱਚ ਬਾਜੂ ਵੀ ਹੈਵੀ ਹੈ ਅਤੇ ਮਾਰਜਨ ਅੰਦਰ ਹੈਗਾ 1-1 ਇੰਚ ਦਾ ਮਾਰਜਨ ਆ ਇਹ 'ਚ ਬਹੁਤ ਜ਼ਿਆਦਾ ਨਹੀਂ ਹੈਗਾ ਪਰ ਇਹ ਲੂਜ਼ ਆ ਇਹ ਜਿਨ੍ਹਾਂ ਦਾ ਐਕਸਲ ਸਾਈਜ਼ ਆ ਉਹਨਾਂ ਦੇ ਕਮਰ ਆ ਸੋਰੀ ਪ੍ਰੋਗਰੈਸ ਕੋਲੋਂ 18.5 ਦੀ ਕਮਰ ਆ ਜੀ ਅਤੇ ਇੱਕ ਕੋਲ ਹੈਗੇ ਇਹ 22 ਇੰਚ ਇਹਨੂੰ ਤੁਸੀਂ ਆਪਣੇ ਅਕੋਰਡਿੰਗ 21-22 ਮਤਲਬ ਆਪਣੇ ਅਕੋਰਡਿੰਗ ਇਹਨੂੰ 1 ਇੰਚ ਲੂਜ਼ ਕਰਾ ਸਕਦੇ ਹੋ ਲੂਜ਼ ਤਾਂ 1 ਇੰਚ ਹੀ ਹੋਏਗਾ ਪਰ ਟਾਈਟ ਜਿੰਨਾ ਮਰਜ਼ੀ ਕਰਵਾ ਸਕਦੇ ਹੋ ਇਹ ਸ਼ਾਰਟ ਕੁੜਤੀ ਦੇ ਨਾਲ ਹੈ ਜੀ ਡਰੈਸ ਬਹੁਤ ਪਿਆਰੀ ਇੱਦਾਂ ਹੈ ਜੀ ਡਰੈਸ ਠੀਕ ਹੈ ਨੀਚੇ ਲੂਜ਼ਰ ਪਲਾਜ਼ੋ ਇਹਦੇ ਨਾਲ ਹੈਗਾ ਪਿਓਰ ਸ਼ਫੋਨ ਦਾ 4-sided ਦੁਪੱਟਾ ਠੀਕ ਹੈ ਜੀ ਬਹੁਤ ਪਿਆਰੀ ਹੈਂਡ ਵਰਕ ਦੀ ਸਾਰੀ ਇਸ 'ਤੇ ਫਿਨਿਸ਼ਿੰਗ ਕੀਤੀ ਹੋਈ ਹੈ ਵਰਕ ਹੈ ਸਾਰਾ ਹੀ ਅਤੇ ਪ੍ਰਾਈਸ ਹੈਗਾ ਇਹਦਾ 9800 9800 ਪ੍ਰਾਈਸ ਆ ਪਿਓਰ ਕਰੇਪ ਵੀ ਉੱਪਰ ਟੋਟਲੀ ਹੈਂਡ ਵਰਕ ਦੇ ਨਾਲ ਆ ਹੈਵੀ ਵਰਕ ਹੈ ਜੀ ਸਾਰਾ ਕਲਰ ਦੋ ਨੇ ਸਾਈਜ਼ ਤੁਹਾਨੂੰ ਮੈਂ ਦੱਸਤਾ ਦੋਨਾਂ ਦਾ ਸੇਮ ਸਾਈਜ਼ ਆ ਸੌ ਪ੍ਰਾਈਸ ਦੇ ਨਾਲ ਨੈਕਸਟ ਦੇ ਨੇ ਜੀ ਜਿਹਨੂੰ ਸਾਰੇ ਦੇਖਣ ਵਾਲੇ ਨੇ ਜਿਹਨੇ ਇਹ ਡਰੈਸ ਪਾ ਲਈ ਫੰਕਸ਼ਨ ਦੇ ਵਿੱਚ ਸਾਰੇ ਉਹਦੇ ਵੱਲ ਹੀ ਵੇਖਣਗੇ ਇੰਨੀ ਸੋਹਣੀ ਡਰੈਸ ਆ ਇਹ ਹੈਗਾ ਮਜੈਂਟਾ ਕਲਰ ਦੇ ਉੱਪਰ ਹੈਂਡ ਟੱਚ ਕੀਤਾ ਹੋਇਆ ਸਾਰਾ ਟੋਟਲੀ ਬ੍ਰਾਂਡਡ ਡਰੈਸਿਸ ਨੇ ਅਤੇ ਇਹਦੇ ਨਾਲ ਗੋਡਿਆਂ ਤੋਂ ਨੀਚੇ ਇਹਦੇ ਚੁਣ ਉਠਾਉਣਗੇ ਕਾਫੀ ਹੈਵੀ ਸੀ ਇਹਦੇ ਨਾਲ ਆ ਇਹ ਹੈਗੀ ਇਹਦੀ ਸ਼ਰਟ ਅਤੇ ਨਾਲ ਦੁਪੱਟਾ ਦੇਖਣ ਵਾਲੀ ਸਿੰਗਲ ਦੁਪੱਟੇ ਦੀ ਕੋਸਟ ਹੀ ਕਾਫੀ ਜ਼ਿਆਦਾ ਹੈ ਬਹੁਤ ਸੋਹਣਾ ਦੁਪੱਟਾ ਵੈਸੇ ਪਾਕਿਸਤਾਨੀ ਲੋਕ ਦੇ ਰਹੇ ਸੋਹਣੇ ਨੂੰ ਅਤੇ ਪ੍ਰਾਈਸ ਹੈਗਾ ਤਾਂ 24,000 24,000 24
ਨੈਕਸਟ ਦੇ ਰਹੇ ਹਾਂ ਬਿਲਕੁਲ ਅਲੱਗ ਤੇ ਜਾਈਏ ਗੋਡਿਆਂ ਦੇ ਚੁੰਨੀ ਵਾਲਾ ਕਰਾਰਾ ये प्योर जॉर्जेट ते आ सारी शर्ट्स ते नाल हैगा जो दुपट्टा है ये हैगा जो दुपट्टा ये हैगे ने जी सारी यूनिक या कलेक्शन जिन्ने भी ब्रांडेड पीस ने ते प्राइस हैगा इहदा 16,800 ये हैगा जी वन पीस जिन्हां दे घर च फंक्शन है जिन्हां दी खुद दी रिंग सेरेमनी है जां कोई और कोई भी फंक्शन है क्योंकि अजकल फंक्शन आप मैरिज तो पहले ही बहुत सारे करते हैं हल्दी मेहंदी जागो दे काफ़ी सारे फंक्शन होने हैं कोई एक ड्रेस तुसी वन पीस पाना चाहते हो फ्लोर लेंथ है ये कुछ ऐसा ना ट्राई कर सकते हो काफ़ी हैवी रेट चल रहा है वर्क बहुत हैवी है इन बाजू कलर भी बहुत प्यारा स्काई जा शेड है ठीक है एक दुपट्टा ठीक है जी नेट का दुपट्टा फोर साइड पेस्टिंग के नाल प्राइस है 18,500 18,500 प्राइस है ना ठीक है ये भी जिन्हों का एल साइज एल तो एक्सएल साइज में आई थी वन ड्रेस है जी तो एक असी सूट बनवाए थे हैवी के उन्ना ही कलर की दोबारा डिमांड आ रही है तो क्लाइंट ने कहा कि सू दोबारा खोल के वीडियो से दिखाओ फोटो भी नहीं पता लगता है ਜਿਨ੍ਹਾਂ ਵਾਸਤੇ ਅਸੀਂ ਬਣਵਾਏ ਆ ਇਹ ਅਗਰ ਤੁਸੀਂ ਵੀ ਬਣਵਾਉਣੇ ਆ ਅਸੀਂ ਪੀਠ ਫੇਰੇ ਸਾਡੇ ਕੋਲ ਪੀਠ ਤੋਂ ਪੀਠ ਬਣ ਰਹੇ ਨੇ ਸੋ ਕਿਸੇ ਹੋਰ ਕਲਰ 'ਤੇ ਵੀ ਬਣਾਉਣਾ ਉਸ 'ਤੇ ਵੀ ਬਣਾ ਦਾਂਗੇ ਪਰ ਇਹ ਸੇਮ ਹੀ ਕਲਰ ਵਾਲੀ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਹੈ ਜਿਹੜੀ ਮੈਂ ਵੀਡੀਓ 'ਚ ਦਿਖਾਈ ਸੀ ਇਹ ਹੈਗਾ ਫਰੰਟ ਠੀਕ ਹੈ ਜੀ ਹੈਂਡਵਰਕ ਦਾ ਸੂਟ ਹੈ ਤੁਸੀਂ ਮੇਰਾ ਦੇਖਿਆ ਹੋਇਆ ਸੂਟ ਆ ਇਹ ਮੈਂ ਤੁਹਾਨੂੰ ਪੀਠ ਕਰਾ ਦਿਖਾ ਰਹੀ ਕਿਉਂਕਿ ਇਹ ਮੈਂ ਸਪੈਸ਼ਲੀ ਕਿਸੇ ਨੂੰ ਵੀਡੀਓ ਦਾ ਲਿੰਕ ਸ਼ੇਅਰ ਕਰਨਾ ਕਹਿੰਦੇ ਸੀ ਕਿ ਸਾਨੂੰ ਵੀਡੀਓ 'ਚ ਜ਼ਿਆਦਾ ਪਤਾ ਲੱਗ ਰਿਹਾ ਫੋਟੋ ਸੁਣਾਉਣ ਠੀਕ ਹੈ ਜੀ ਇਹ ਹੈਗੀ ਬੈਕ ਸਾਈਡ ਸਾਰੀ 5 ਮੀਟਰ ਦਾ ਫੈਬਰਿਕ ਹੈ ਬਹੁਤ ਹੈਵੀ ਸੂਟ ਨੇ ਅਗਰ ਤੁਸੀਂ ਇਹ ਬਾਈ ਕਰਨੀ ਹੈ ਤਾਂ ਸਾਡੇ ਕੋਲ ਇਸ ਟਾਈਮ ਇੱਕ ਇੱਕ ਸੂਟ ਨਾਲ ਦੇ 3-3 ਪੀਸ ਅਸੀਂ ਰੈਡੀ ਕਰਵਾ ਲਏ ਤੁਸੀਂ ਲੈ ਸਕਦੇ ਹੋ ਰੈਡੀ ਪਏ ਨੇ ਸਾਡੇ क्योंकि जो मैं पहला वीडियो पाई थी तो बहुत ज़्यादा डिमांड आई इन्होंने सूटों की प्राइस अकॉर्डिंग बहुत ही एनुअल चीज़ है 16,000 प्राइस है जी यहाँ 16,000 प्राइस है सेम के बीच एक ही कलर दोनों ही कलर मैं पहला दिखाए थे तो दोनों का ही सूट तो बहुत ज़्यादा ऑर्डर आए हैं तो एक ये डिजाइन अगर तुम डिजाइन हल्का फुल्का चेंज कराना तो भी करा देंगे पर ये साढ़े को इस टाइम रेडी पाए हैं जी तुम एक ही सूट बना 3-3 सूट मिल जाएंगे अगर किसी का पहला मैसेज आता है जो बाय करना चाहते हैं तो फिर उन्होंने मिल सकते हैं सूट ये हैगा फ्रंट ठीक है ये हैगी जी बैक सारा हैवी वर्क है इस तरह तो हिप जिन्हों के आँदी है जी 20 की 22 तो उपर 22 तो उपर जिनी मर्जी बन जाएगी फिर कोई इशू नहीं है ये हैगा दुपट्टा नैक्सट कलर प्राइस है जी 16,000
16,000 price. This is the next color. हाँ जी, उम्मीद करती है थोड़ा कलेक्शन पसंद आई होएगी। जो भी सूट आज की वीडियो पसंद है तो मेरे नंबर पर पिक सेंड कर सकते हो, तो कमेंट करके जरूर दस दौ कलेक्शन किदा की लगी। सूट महंगे ने, कई बहुत ज़्यादा महंगे लगनगे, पर ये जो चीज़ा ने जी वो बहुत वधिया ने, तो करके महंगे ने सूट। मैं हर एक लिए हरेक रेंज लैके आनी हाँ, मतलब 700-800 के सूट शुरू कर दी हूँ, हर एक के बजट में रहन, पर जिदा भी डिमांड है उदा का भी कुछ ना कुछ लैके आना होंगे। सो इन जो भी थोड़ा पसंद है तुम मेरे नंबर पर सेंड कर सकते हो जी। तो वीडियो देखने लिए थैंक यू, चैनल में जरूर शेयर करिए, सबसक्राइब जरूर करिए। थैंक यू सो मच।